ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਕਿਹੜੇ ਅਹਿਮ ਫੈਸਲੇ ਲਏ ਜਾ ਰਹੇ ਨੇ ਹੁਣ ਲੋਕਡਾਊਨ ਨੂੰ ਲੈ ਕੇ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਉਹਦੇ ਨਾਲ ریلیਟਿਡ ਐਜੂਕੇਸ਼ਨ ਨਾਲ ریلیਟਿਡ ਕੋਈ ਵੀ ਇਨਫੋਰਮੇਸ਼ਨ ਔਰ ਕੋਈ ਇੰਪੋਰਟੈਂਟ ਨਿਊਜ਼ ਜਿਹੜੀ ਕਿ ਸਟੂਡ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਤੁਸੀਂ ਦੇਖ ਸਕਦੇ ਆ ਇਹਨੂੰ ਜਰੂਰ ਪ੍ਰੈਸ ਕਰ ਲਵੋ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ নোਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਤੇ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਆ ਕਿ ਤੁਸੀਂ ਗੱਲ ਕੀਤੀ ਸੀਗੀ ਕਿ ਆਪਾਂ ਲਾਈਵ ਕਲਾਸਾਂ ਸਟਾਰਟ ਕਰਨ ਜਾ ਰਹੇ ਆ ਤੇ ਉਹਦੇ ਲਈ ਤੁਸੀਂ ਕੀ ਕਰਨਾ ਹੈ YouTube ਤੇ ਜਾ ਕੇ ਸਰਚ ਕਰ ਸਕਦੇ ਆ MH Academy Way of Success ਮੈਂ ਫਿਰ ਤੋਂ ਰਿਪੀਟ ਕਰਾਂਗੀ MH Academy Way of Success M M ਮਤਲਬ ਮੁੰਬਈ H ਤੇ ਹਾਲੈਂਡ ਠੀਕ ਹੈ ਐਮ ਐਚ ਅਕੈਡਮੀ ਵੇ ਆਫ ਸਕਸੈਸ ਤੁਸੀਂ ਜਾ ਕੇ ਸਰਚ ਕਰੋਗੇ ਤੁਹਾਨੂੰ ਪੰਜਾਬੀ ਦੇ ਵਿੱਚ ਵੀਡੀਓਜ਼ ਨਜ਼ਰ ਆਏਗੀ ਉਸ ਚੈਨਲ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਇੱਕ ਦੋ ਦਿਨ ਦੇ ਅੰਦਰ ਆਪਾਂ ਫ੍ਰੀ ਲਾਈਵ ਸੈਸ਼ਨ ਜਿਹੜੇ ਆ ਸਟਾਰਟ ਕਰਨ ਜਾ ਰਹੇ ਆ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਪਟਵਾਰੀ ਨੂੰ ਲੈ ਕੇ ਮੰਡੀ ਬੋਰਡ ਪੀ ਸੀ ਐਸ ਸਾਰੇ ਇਗਜ਼ਾਮਸ ਦੀ ਤਿਆਰੀ ਤੁਹਾਨੂੰ ਫ੍ਰੀ ਆਫ ਕੋਸ ਜਿਹੜੀਆਂ ਕਰਵਾਈ ਜਾਏਗੀ ਕਿਹੜੇ ਕਿਹੜੇ ਟਾਈਮਿੰਗ ਰੇਗੀ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਠੀਕ ਹੈ ਤਾਂ ਆਪਾਂ ਬਿਨਾਂ ਦੇ ਟਾਈਮ ਵੇਸ ਕੀਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਕਿ ਮੈਂ ਤੁਹਾਨੂੰ ਸਵੇਰੇ ਵੀ ਮਾਰਨਿੰ ਸਾਹ ਹੁਣ ਕੀ ਹੋਇਆ ਆ ਠੀਕ ਹੈ ਉਹ ਫੇਰ ਤੋਂ ਰਿਪੀਟੇ ਕਮੈਂਟਸ ਆ ਰਹੇ ਆ ਕਿ ਅਸੀਂ ਜਿਹੜੇ ਓਪਨ ਵਾਲੇ ਆ ਉਹਨਾਂ ਦਾ ਕੀ ਹੋਵੇਗਾ ਦੇਖੋ ਹਜੇ ਉਹਦਾ ਵੀ ਫਾਈਨਲ ਅਪਡੇਟ ਆਣਾ ਪੈਂਡਿੰਗ ਹੈ ਉਹਦੇ ਵੀ ਤੁਹਾਨੂੰ ਵੇਟ ਕਰਨਾ ਪਵੇਗਾ ਔਰ 12ਵੀਂ ਦੀ ਜਿਹੜੀ ਡਿਸੀਜਨ ਹੈ ਉਹਨਾਂ ਦਾ ਕੀ ਬਣਿਆ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਆਪਾਂ ਨਿਊਜ਼ ਦੇ ਵਿੱਚ ਆ ਚੁੱਕੇ ਆ ਇਹ ਨਿਊਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਯਾਨੀ ਕਿ ਵੱਡੀ ਵੀ ਨਹੀਂ ਹੈ ਔਰ ਸ਼ਾਰਟ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਾਂਗੀ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰਨਗੇ ਦੇਸ਼ ਨੂੰ ਸੰਬੋਧਨ ਲੋਕਡਾਊਨ ਬਾਰੇ ਹੋ ਸਕਦਾ ਹੈ ਵੱਡਾ ਫੈ ਇਹ ਜਿਹੜੀ ਨਿਊਜ਼ ਹੈ ਹੁਣੀ ਹੁਣੀ ਫਰੈਸ਼ ਆਈ ਹੈ ਤੁਹਾਨੂੰ ਦੱਸ ਰਹੀਆਂ ਨਵੀਂ ਦਿੱਲੀ ਦੇਖੋ ਤੁਸੀਂ ਦੇਖ ਸਕਦੇ ਆ ਹੁਣੀ ਹੁਣੀ ਨਿਊਜ਼ ਪਬਲਿਸ਼ ਕੀਤੀ ਗਈ ਹੈ ਲਾਈਵ ਨਿਊਜ਼ ਦੇ ਵਿੱਚ ਤੁਸੀਂ ਗੂਗਲ ਤੇ ਜਾ ਕੇ ਚੈੱਕ ਕਰ ਸਕਦੇ ਆ ਕਿਸੇ ਨਿਊਜ਼ ਚੈਨਲ ਸੇ ਅਗੇ ਚੈੱਕ ਕਰ ਸਕਦੇ ਆ ਅੱਜ ਰਾਤੀ ਜਿਹੜਾ 8 ਵਜੇ ਇੱਕ ਵਾਰ ਫੇਰ ਦੇਸ਼ ਨੂੰ ਸੰਬੋਧਨ ਕਰਨਗੇ ਮੋਦੀ ਠੀਕ ਹੈ ਸੂਤਰਾਂ ਦੇ ਮੁਤਾਬਿਕ ਜਿਹੜੀ ਹੁਣ ਤੱਕ ਦਾ ਅਪਡੇਟ ਆ ਰਿਹਾ ਹੈ ਕਿ ਲੋਕਡਾਊਨ 4 ਦਾ ਵੀ ਇਸ਼ਾਰਾ ਹੋ ਸਕਦਾ ਹੈ ਇਸ ਦੀ ਜਾਣਕਾਰੀ ਪੀਐਮਓ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਦਿੱਤੀ ਗਈ ਹੈ ਜਿਹੜਾ ਇਹਦਾ ਟਵਿੱਟਰ ਅਕਾਊਂਟ ਹੈ ਪੀਐਮਓ ਦੇ ਨਾਮ ਤੋਂ ਉੱਥੇ ਵੀ ਨਾ ਟ ਦਿੱਤੀ ਹੋਈ ਹੈ ਇਹਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਅਹਿਮ ਫੈਸਲੇ ਹੋ ਸਕਦੇ ਆ ਜਿਹੜੀ ਜਿਹੜੇ 12ਵੀਂ ਕਲਾਸ ਦੇ ਸਟੂਡੈਂਟਸ ਹੈ ਉਹਨਾਂ ਦੇ ਇਹ ਵੀ ਕਮੈਂਟਸ ਆ ਰਹੇ ਕਿ ਸਾਡੇ ਐਗਜ਼ਾਮ ਵਾਕਈ ਦੁਬਾਰਾ ਹੋਣਗੇ ਦੇਖੋ ਤੁਹਾਨੂੰ ਦੱਸਿਆ ਸੀਗਾ ਕਿ ਇਹ ਜਿਹੜੇ ਡਿਸੀਜਨ ਹੈ ਇਹ ਸੈਂਟਰਲ ਗਵਰਨਮੈਂਟ ਦਾ ਆ ਔਰ ਪੰਜਾਬ ਗਵਰਨਮੈਂਟ ਵੀ ਇਹਦੇ ਨਾਲ ਸਹਿਮਤ ਹੈ ਬਾਕੀ ਇਹਦਾ ਵੀ ਫਾਈਨਲ ਅਪਡੇਟ ਹਰਿਆਣਾ ਪੈਂਡਿੰਗ ਹੈ ਜਿਹੜੇ ਕਿ ਪੰਜਾਬ ਸਟੇਟ ਦੀ ਆਪਣੀ ਜਿਹੜੀ ਕੈਬਨਿਟ ਮੀਟਿੰਗ ਹੋਏਗੀ ਉਹਦੇ ਵਿੱਚ ਹੀ ਇਹਦਾ ਫੈਸਲਾ ਆਏਗਾ ਜਦੋਂ ਵੀ ਆਏਗਾ ਮੈਂ ਤੁਹਾਨੂੰ ਦੱਸਾਂਗੀ ਹਜੇ ਫਿਲਹਾਲ ਤੁਹਾਨੂੰ ਮੈਂ ਹੀ ਦੱਸਣਾ ਸੀ ਉਸੋਂ ਬੋਦੀ ਦਾ ਨਾ ਮੋਦੀ ਜੀ ਨੇ ਆਤ ਨੂੰ 8 ਵਜੇ ਬਹੁਤ سارے ਫੈਸਲੇ ਲیتے ਜਾ ਸਕਦੇ ਆ ਲੋਕਡਾਊਨ ਨੂੰ ਲੈ ਕੇ ਔਰ ਨੌਕਰੀਆਂ ਦਾ ਇੱਕ ਅਪਡੇਟ ਹੈ ਕਿ ਨੌਕਰੀਆਂ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਆ ਕਾਫੀ ਜਿਹੜੇ ਦੇ ਕਮੈਂਟਸ ਆ ਰਹੇ ਕਿ ਸਾਡੀ ਪ੍ਰਾਈਵੇਟ ਜੋਬ ਹੈ ਸਾਨੂੰ ਸੈਲਰੀ ਨਹੀਂ ਮਿਲ ਪਾਰੀ ਹੈ ਤੇ ਉਹਦੇ ਰਿਗਾਰਡਿੰਗ ਵੀ ਇੱਕ ਅਪਡੇਟ ਆ ਰਿਹਾ ਹੈ ਕਿ ਤੁਹਾਨੂੰ ਜਿਹੜੀ ਆ ਨੌਕਰੀ ਹੈ ਤੁਹਾਡੀ ਚੱਲ ਜਾਂਦੀ ਆ ਉਹਦੇ ਵਿੱਚ ਜਿਹੜੇ ਆ ਤੁਹਾਨੂੰ ਖਾਤੇ ਦੇ ਵਿੱਚ ਪੈਸੇ ਆਣਗੇ ਤੇ ਉਹ ਆਪਾਂ ਹਜੇ ਪਤਾ ਕਰਦੇ ਪਿਆ ਗਵਰਨਮੈਂਟ ਦੇ ਸੈਂਟਰਲ ਗਵਰਨਮੈਂਟ ਦੀ ਹੀ ਇਹ ਸਕੀਮ ਆ ਪਹਿਲਾਂ ਮੈਂ ਅਜ ਪਤਾ ਕਰ ਰਿਹਾ ਅਗਰ ਉਹ ਵਾਕਈ ਹੈ ਤਾਂ ਮੈਂ ਤੁਹਾਨੂੰ ਕੱ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ